ਸੱਚੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਉਸ ਪਿਆਰੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਅਨੰਦ ਸਾਹਿਬ ਜੀ ਦੀ ਬਾਣੀ ਦੀ ਦੂਸਰੀ ਪੌੜੀ ਉਚਾਰਨ ਕਰਦੇ ਨੇ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਵਿੱਚ ਆਪਣੇ ਮਨ ਦਾ ਅਨੁਭਵੋ ਆਪਣੇ ਅੰਦਰ ਦਾ ਪ੍ਰੈਕਟੀਕਲ ਦੱਸਿਆ ਸਾਨੂੰ ਕਿਵੇਂ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਨੰਦ ਪ੍ਰਾਪਤ ਕੀਤਾ ਹੈ ਅਗਲੀ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਸੰਬੋਧਨ ਕਰ ਰਹੇ ਨੇ ਦੇਖੋ ਪਿਆਰਿਓ ਗੁਰਬਾਣੀ ਦੇ ਵਿੱਚ ਜਿੰਨੇ ਵੀ ਸ਼ਬਦ ਨੇ ਹਰੇਕ ਸ਼ਬਦ ਦੇ ਵਿੱਚ ਮਨ ਦੀ ਗੱਲ ਕੀਤੀ ਸੱਚੇ ਪਾਤਸ਼ਾਹ ਨੇ ਬੰਦੇ ਦੇ ਮਨ ਨੂੰ ਸਮਝਾਉਣ ਵਾਸਤੇ ਗੁਰੂ ਸਹਿਬਾਨਾ ਨੇ ਬਾਣੀ ਦੀ ਰਚਨਾ ਕੀਤੀ ਹੈ ਵਾਹਿਗੁਰੂ ਜ਼ਿੰਦਗੀ ਵਿੱਚ ਦੇਖਦੇ ਆ ਬੰਦੇ ਕੋਲ ਇੱਕ ਤਨ ਹੈ ਸਰੀਰ ਹੈ ਇੱਕ ਮਨ ਹੈ ਤੇ ਇੱਕ ਆਤਮਾ ਹੈ ਸਾਰੀ ਜ਼ਿੰਦਗੀ ਬੰਦਾ ਤਨ ਨੂੰ ਸਵਾਰੀ ਜਾਂਦਾ ਹੈ ਬੰਦਾ ਤਨ ਨੂੰ ਸਵਾਰਦਾ ਰਹਿੰਦਾ ساری ਜ਼ਿੰਦਗੀ ਕਦੇ ਕੁਝ ਕਰਦਾ ਤਨ ਨੂੰ ਸਵਾਰਨ ਵਾਸਤੇ ਕਦੇ ਕੁਝ ਕਰਦਾ ਤਨ ਦੇ ਪਿੱਛੇ ਲੱਗਿਆ ਰਹਿੰਦਾ ਏ ਨਾਲੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬੰਦੇ ਨੂੰ ਕਹਿ ਦਿੱਤਾ ਬੰਦਿਆ ਤੂੰ ਜਿਹੜੇ ਸਰੀਰ ਦੇ ਨਾਲ ਜੁੜ ਰਿਆ ਨਾ ساری ਜ਼ਿੰਦਗੀ ਜਿਹਦੇ ਨਾਲ ਤੂੰ ਜੁੜਿਆ ਰਹਿਣਾ ਆਖਰ ਨੂੰ ਇਹ ਸਰੀਰ ਵੀ ਤੇਰਾ ਇੱਥੇ ਸਵਾਹ ਹੋ ਜਾਣਾ ਏ ਤੇਰੇ ਨਾਲ ਨਹੀਂ ਜਾਣਾ ਆਪਾ ਪੜਦੇ ਆ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗਣਾ ਹੋਇਆ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਬੰਦੇ ਆ ਜਿਹੜੇ ਤਨ ਦੇ ਮਾਨ ਵਿੱਚ ਤਨ ਦੇ ਪ੍ਰੇਮ ਮੋਹ ਦੇ ਵਿੱਚ ਲੱਗ ਕੇ ਸਾਰੀ ਜ਼ਿੰਦਗੀ ਗਵਾ ਲੈਂਦਾ ਇਹ ਤਨ ਵੀ ਇੱਥੇ ਰਹਿ ਜਾਏਗਾ ਹੁਣ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੈ ਮਨ ਮਾਰਾ ਜੀ ਕਹਿੰਦੇ ਵਿਕਾਰੀ ਐ ਮਨ ਬੰਦੇ ਦਾ ਹੁਣ ਸਮਝਾਇਆ ਪਤਾ ਕਿਹਨੂੰ ਜਾਂਦਾ ਜੀ ਜਿਹੜਾ ਬੰਦਾ ਗਲਤੀਆਂ ਕਰਦਾ ਹੋਵੇ ਜਿਹੜਾ ਬੇਸਮਝ ਹੋਵੇ ਉਹਨੂੰ ਸਮਝਾਇਆ ਜਾਂਦਾ ਜਿਹਨੂੰ ਕੁਝ ਪਤਾ ਨਾ ਹੋਵੇ ਪਰ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਇੱਕ ਮਾਂ ਬਾਪ ਦਾ ਧੀ ਪੁੱਤ ਵਿਗੜ ਜਾਵੇ ਮਾਂ ਬਾਪ ਸਮਝਾਉਂਦੇ ਨੇ ਵੀ ਤੂੰ ਸੁਧਰ ਜਾ ਜੇ ਤਾਂ ਸੁਧਰ ਜਾਏਗਾ ਤੇਰਾ ਭਲਾ ਹੋ ਜਾਏਗਾ ਜੇ ਨਾ ਸੁਧਰੇਗਾ ਤੇ ਆਪਣੀ ਕੀਤੀ ਪਾਏਗਾ ਹੁਣ ਇਥੇ ਗੁਰੂ ਸਾਹਿਬ ਸਾਡੇ ਮਾਪੇ ਨੇ ਤੇ ਬੱਚਾ ਕੌਣ ਹੈ ਸਾਡਾ ਮਨ ਗੁਰੂ ਸਾਹਿਬ ਕਹਿੰਦੇ ਸਾਡਾ ਮਨ ਹੈ ਵਿਗੜਿਆ ਇਹ ਇੰਨਾ ਕੁ ਵਿਗੜਿਆ ਕਿ ਗੁਰੂ ਦੇ ਕੋਲ ਬਹਿ ਕੇ ਵੀ ਨਹੀਂ ਟਿਕਦਾ ਇਹ ਬਾਂਦਰ ਟਪੂਸੀਆਂ ਲਾਉਂਦਾ ਹੀ ਰਹਿੰਦਾ ਹੈ ਕਦੇ ਕਿਸੇ ਪਾਸੇ ਦੌੜਦਾ ਕਦੇ ਕਿਸੇ ਪਾਸੇ ਦੌੜਦਾ ਉਹ ਗੱਲ ਵੱਖਰੀ ਐ ਸਰੀਰ ਕਰਕੇ ਅਸੀਂ ਗੁਰੂ ਦੇ ਕੋਲ ਬੈਠੇ ਹੁੰਨੇ ਆ ਮਹਾਰਾਜ ਕਹਿੰਦੇ ਬਹੁਤਾਤ ਗਿਣਤੀ ਦੇ ਵਿੱਚ ਜੀਵਾਂ ਦੇ ਮਨ ਐ ਜਿਹੜੇ ਸਰੀਰ ਕਰਕੇ ਗੁਰੂ ਦੇ ਕੋਲ ਬੈਠੇ ਹੁੰਨੇ ਆ ਪਰ ਮਨ ਬਾਹਰ ਦੌੜਦਾ ਫਿਰਦਾ ਸਾਡਾ ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਪੰਖੀ ਕਹਿੰਦੇ ਨੇ ਪੰਛੀ ਨੂੰ ਉਡ ਉਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਈ ਇਹ ਮਨ ਹੈ ਜਿਹੜਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਪੰਛੀ ਦੀ ਤਰ੍ਹਾਂ ਹੈ ਪੰਛੀ ਕਦੇ ਕਿਸੇ ਪਾਸੇ ਉਡਾਰੀ ਮਾਰਦਾ ਕਦੇ ਕਿਸੇ ਪਾਸੇ ਬੰਦਰ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬਹਿ ਸਕਦਾ ਇਦਾਂ ਸਾਡਾ ਮਨ ਹੈ ਇਹ ਵੀ ਟਿਕਦਾ ਨਹੀਂ ਹੈ ਇਹ ਵੀ ਵਸ ਵਿੱਚ ਕਰਨਾ ਬੜਾ ਔਖਾ ਹੈ ਇਹੋ ਮਨ ਚੰਚਲ ਵਸ ਨਾ ਆਵੇ ਐਨਾ ਚੰਚਲ ਹੈ ਦੁਬਿਧਾ ਲਾਗੈ ਦਇਦ ਸਤਾਵੇ ਇੰਨੀ ਚੰਚਲ ਤਾਈ ਹੈ ਮਨ ਦੇ ਵਿੱਚ ਜਿਵੇਂ ਬਾਂਦਰ ਟਪੂਸੀਆਂ ਮਾਰਦਾ ਕਦੇ ਕਿਸੇ ਪਾਸੇ ਦੌੜਦਾ ਕਦੇ ਕਿਸੇ ਪਾਸੇ ਆ ਬੰਦੇ ਦਾ ਮਨ ਵੀ ਅੱਜ ਕੋਈ ਬਾਂਦਰ ਦੇ ਨਾਲੋਂ ਪੰਛੀ ਦੇ ਨਾਲੋਂ ਘੱਟ ਨਹੀਂ ਜੇ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਦਾ ਮਨ ਪਤਾ ਕਿੱਥੇ ਜੁੜਦਾ ਜੀ ਬੰਦੇ ਦਾ ਮਨ ਜਿੱਥੇ ਲੱਚਰਤਾ ਹੋਵੇ ਜਿੱਥੇ ਵਿਕਾਰ ਹੋਣ ਗੰਦਗੀ ਵਾਲੀ ਚੀਜ਼ ਤੇ ਬੰਦੇ ਦਾ ਮਨ ਜੁੜਦਾ ਜੀ ਕਿਸੇ ਸਿਨੇਮੇ ਦੇ ਵਿੱਚ ਬੈਠੇ ਅਸੀਂ ਥੀਏਟਰ ਦੇ ਵਿੱਚ ਬੈਠੇ ਫਿਲਮ ਦੇਖ ਰਹੇ ਹੋਈਏ। ਮਜਾਲੇ ਕਿ ਬੰਦੇ ਦਾ ਮਨ ਇੱਧਰ ਉੱਧਰ ਦੌੜ ਜਾਵੇ। ਫਿਲਮ ਦੇ ਵਿੱਚ ਧਿਆਨ ਹੋਏਗਾ ਪੂਰਾ। ਮੂਵੀ ਦੇ ਵਿੱਚ ਧਿਆਨ ਹੋਵੇਗਾ ਪੂਰਾ। ਪਰ ਮਨ ਦੌੜੇਗਾ ਨਹੀਂ। ਕਿਸੇ ਦੀ ਚੁਗਲੀ ਸੁਣ ਰਹੇ ਹਾਂ। ਮਜਾਲਾ ਬੰਦੇ ਦਾ ਮਨ ਦੂਜੇ ਪਾਸੇ ਚਲਾ ਜਾਵੇ। ਪੂਰਾ ਅਨ ਇੱਕਮਕ ਹੋ ਕੇ ਸੁਣਦਾ ਵੀ ਗੱਲ ਕੋਈ ਲੰਘ ਨਾ ਜਾਵੇ ਮੇਰੇ ਸੁਣਨ ਤੋਂ। ਕਿਸੇ ਦੀ ਨਿੰਦਿਆ ਸੁਣ ਰਹੇ ਆ ਤਾਂ ਵੀ ਮਨ ਤਤ ਪਰ ਰਹਿੰਦੇ ਆ ਪਰ ਜਿੱਥੇ ਕਿਤੇ ਨਾਮ ਸੁਣਨ ਦੀ ਗੱਲ ਆਉਂਦੀ ਐ ਮਹਾਰਾਜ ਕਹਿੰਦੇ ਜਦੋਂ ਨਾਮ ਬਾਣੀ ਸੁਣਨ ਦੀ ਗੱਲ ਆਉਂਦੀ ਐ ਬੰਦੇ ਦਾ ਮਨ ਐ ਬੌਲਾ ਹੋ ਜਾਂਦਾ ਐ ਬੁੱਲੇ ਸ਼ਾਹ ਜੀ ਦਾ ਬੜਾ ਪਿਆਰਾ ਬਚਨ ਐ ਕਹਿੰਦੇ ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੌਲਾ ਵੀ ਬੰਦੇ ਨੇ ਕੋਈ ਗੀਤ ਸੁਣਨੇ ਆ ਗੀਤ ਸੁਣਦੇ ਆ ਕਿਸੇ ਕਲਾਕਾਰ ਦੇ ਤਾਂ ਵੀ ਬੰਦੇ ਦਾ ਮਨ ਇਕਾਗਰ ਹੁੰਦਾ ਕਿਉਂਕਿ ਅੱਜ ਅਸੀਂ ਖੁਰਾਕ ਹੀ ਇਦਾਂ ਦੀ ਬਣਾ ਲਈ ਜੀ ਆਪਣੇ ਮਨ ਦੀ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਗਤ ਕੀ ਵਿਧ ਨੈਣੋਂ ਡਿਠੀ ਗੰਦਨ ਵੈਨ ਮਹਾਰਾਜ ਕਹਿੰਦੇ ਗੰਦੇ ਗੰਦੇ ਗੀਤਾਂ ਨੂੰ ਸੁਣਨਾ ਅਸੀਂ ਆਪਣੀ ਖੁਰਾਕ ਬਣਾ ਲਿਆ ਗੰਧਮੰਦ ਦੇਖਣਾ ਆਪਣੇ ਮਨ ਦੀ ਖੁਰਾਕ ਬਣਾ ਲਿਆ ਪਰ ਅਸਲ ਦੇ ਵਿੱਚ ਉਹ ਖਰਾਕ ਸੀ ਮਨ ਦੀ ਬੰਦਗੀ ਭਗਤੀ ਨਾਮ ਸੇਵਾ ਸਿਮਰਨ ਹੁਣ ਜਿਹੜੀ ਗੱਡੀ ਪੈਟਰੋਲ ਵਾਲੀ ਉਹਦੇ ਵਿੱਚ ਡੀਜ਼ਲ ਪਾ ਪਾ ਦੇਵਾਂਗੇ ਆਪਾਂ ਕਿੰਨਾ ਕ ਸਮਾਂ ਚੱਲੇਗੀ ਬਹੁਤਾ ਸਮਾਂ ਨਹੀਂ ਚੱਲਦੀ ਖਰਾਬ ਹੋ ਜਾਏਗਾ ਇੰਜਨ ਡੀਜ਼ਲ ਵਾਲੀ ਦੇ ਵਿੱਚ ਪੈਟਰੋਲ ਨਹੀਂ ਪਾ ਸਕਦੇ ਪਤਾ ਆਪਾਂ ਨੂੰ ਵੀ ਮਹਿੰਗੀ ਹੈ ਖਰਾਬ ਹੋ ਜਾਵੇਗੀ ਪਰ ਬੰਦੇ ਦੇ ਮਨ ਵਿੱਚ ਪਾਉਣੀ ਸੀ ਭਗਤੀ ਨਾਮ ਸੇਵਾ ਸਿਮਰਨ ਹੁਣ ਇੱਥੇ ਸੇਵਾ ਸਿਮਰਨ ਪਾਉਣ ਦੀ ਬਜਾਏ ਗੰਦਗੀ ਪੈ ਰਹੀ ਐ ਵਿਕਾਰ ਪੈ ਰਹੇ ਨੇ ਕੂੜਾ ਕਰਕਟ ਪੈ ਰਿਆ ਵਿਕਾਰਾਂ ਦਾ ਕਰਮ ਕਾਂਡਾਂ ਦਾ ਕਰਕਟ ਸਚੇ ਪਾਤਸ਼ਾਹ ਕਹਿੰਦੇ ਹੁਣ ਵਿਗੜਿਆ ਤੇ ਸਾਡਾ ਮਨ ਐ ਨਾ ਸਮਝਾਉਣਾ ਅਸੀਂ ਆਪਣੇ ਮਨ ਨੂੰ ਹੁਣ ਗੁਰੂ ਅਮਰਦਾਸ ਜੀ ਸਾਡੇ ਮਨ ਨੂੰ ਸਮਝਾ ਰਹੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਓ ਮੇਰਿਆ ਮਨਾ ਤੂੰ ਐਵੇਂ দৌড়ਦਾ ফিরਦਾ কদে ਕਿਸੇ ਪਾਸੇ দৌড়ਦਾ ਦੁਬਦਾ ਦੇ ਵਿੱਚ ਫਸ ਕੇ ਕਦੇ ਕਿਸੇ ਪਾਸੇ দৌড়ਦਾ ਐਦਾਂ ਤੂੰ ਜੇ ਭਜਿਆ ਫਿਰੇਗਾ ਨਾ ਮਹਾਰਾਜ ਕਹਿੰਦੇ ਵਾਰ-ਵਾਰ ਤੈਨੂੰ ਜਨਮ ਲੈਣਾ ਪੈਣਾ ਏ। ਸੋਰਠਿ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਮਨ ਰੇ ਥਿਰ ਰਹੋ। ਫਿਰ ਦਾ ਮਤਲਬ ਟਿਕ ਜਾ। ਮਨ ਰੇ ਥਿਰ ਰਹੋ। ਮਤ ਕਤ ਜਾਹੀ ਜੀ ਉਹ ਬਾਹਰ ਢੂੰਡਤ ਬਹੁਤ ਦੁੱਖ ਪਾਵਤ ਘਰ ਅੰਮ੍ਰਿਤ ਘਟ 마ਹੀ ਜੀ। ਬਾਹਰ ਦੌੜਦਾ ਫਿਰੇਗਾ ਮਹਾਰਾਜ ਕਹਿੰਦੇ ਦੁੱਖ ਦੁਖੀ ਹੋਵੇਗਾ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੇਂਗਾ ਤੇਰਾ ਪਲਾ ਹੋ ਜਾਏਗਾ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰੀ ਦੇ ਨਾਮ ਨਾਲ ਜੁੜ ਪ੍ਰਸਾਦ ਸੰਗਤ ਜੀ ਅੱਜ ਬੰਦੇ ਦਾ ਮਨ ਐਨਾ ਕ ਕਠੋਰ ਹੋ ਗਿਆ ਐਨਾ ਕ ਵਿਕਾਰੀ ਹੋ ਗਿਆ ਕਿ ਗੁਰੂ ਦੀ ਸਾਧ ਸੰਗਤ ਵਿੱਚ ਬਹਿ ਕੇ ਮਨ ਰਾਜੀ ਨਹੀਂ ਸਾਡਾ ਵਾਹਿਗੁਰੂ ਮਾਫ ਕਰਨਾ ਅਸੀਂ ਕਹੌਣ ਨੂੰ ਸਾਰੇ ਸਿੱਖਾਂ ਅਸੀਂ ਕਹਿੰਦੇ ਅਸੀਂ ਸਿੱਖ ਘਰਾਣੇ ਚੋਂ ਆਂ ਜੀ ਸਿੱਖਾਂ ਦੇ ਘਰ ਆ ਸਾਡੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਦੀਵਾ ਜਗਦਾ ਪਿਆ ਇੱਕ ਬੱਲਵ ਜਗਦਾ ਪਿਆ ਰੌਸ਼ਨੀ ਨੂੰ ਦੇਖ ਕੇ ਪਤੰਗਾ ਜਾਵੇ ਨਾ ਰੌਸ਼ਨੀ ਦੇ ਕੋਲ ਉਹ ਪਤੰਗਾ ਨਹੀਂ ਹੋ ਸਕਦਾ ਨਕਲੀ ਹੋ ਸਕਦਾ ਏ ਕਿਉਂਕਿ ਪਤੰਗਾ ਹੁੰਦਾ ਜਿਹੜਾ ਉਹ ਉਹਦਾ ਐਨਾ ਪ੍ਰੇਮ ਹੁੰਦਾ ਏ ਰੌਸ਼ਨੀ ਦੇ ਨਾਲ ਉਹ ਰੌਸ਼ਨੀ ਦੇ ਉੱਤੇ ਸੜ ਜਾਂਦਾ ਏ ਮੱਚ ਜਾਂਦਾ ਖਤਮ ਹੋ ਜਾਂਦਾ ਪਰ ਪ੍ਰੇਮ ਨਹੀਂ ਛੱਡਦਾ ਆਪਣਾ ਕਹਿੰਦੇ ਇੱਕ ਵਾਰ ਕੀ ਹੋਇਆ ਮੱਛਰ ਆ ਗਿਆ ਪਤੰਗੇ ਦੇ ਕੋਲ ਪਤੰਗੇ ਨੂੰ ਕਹਿੰਦਾ ਵੀ ਮੈਂ ਵੀ ਤੁਹਾਡੇ ਵਰਗਾ ਤੁਹਾਡੀ ਕੁੱਲ ਦੇ ਵਿੱਚੋਂ ਹੀ ਆ ਮੈਨੂੰ ਤੁਹਾਡੇ ਨਾਲ ਰਲਾ ਲਓ ਉਹ ਪਤੰਗੇ ਕਹਿਣ ਲੱਗੇ ਠੀਕ ਐ ਤੂੰ ਸਾਡੇ ਵਰਗਾ ਐ ਸਾਡੇ ਵਾਂਗ ਹੀ ਉੜਦਾ ਐ ਤੂੰ ਪਰ ਅਸੀਂ ਕਿਵੇਂ ਜਾਣੀਏ ਵੀ ਤੂੰ ਸੱਚਮੁੱਚ ਪਤੰਗਾ ਐ ਉਹ ਕਹਿੰਦੇ ਤੁਸੀਂ ਪਰਖ ਕੇ ਦੇਖ ਲਓ ਮੈਨੂੰ ਮੱਛਰ ਨੂੰ ਪਤੰਗੇ ਕਹਿੰਦੇ ਤੂੰ ਐਂਦਾ ਕਰ ਫਿਰ ਆ ਪਿੰਡ ਦੇ ਵਿੱਚ ਜਾ ਜਾ ਕੇ ਦੇਖਿਆ ਕਿਹਦੇ ਘਰ ਦੇ ਵਿੱਚ ਦੀਵਾ ਜਗਦਾ ਕਿਹੜੇ ਕਿਹੜੇ ਘਰਾਂ ਦੇ ਵਿੱਚ ਲਾਈਟਾਂ ਬੰਦ ਨੇ ਜਾਂ ਜਗਦੀਆਂ ਨੇ ਮੱਛਰ ਗਿਆ ਉੱਡ ਕੇ ਸਾਰੇ ਘਰਾਂ ਦੇ ਉੱਤੋਂ ਦੀ ਢੇੜਾ ਖਾ ਕੇ ਤੇ ਪੁੱਠਾ ਮੁੜ ਆਇਆ ਮੱਛਰ ਕਹਿੰਦਾ ਜੀ ਪਤੰਗੇ ਪਤੰਗਿਆਂ ਨੂੰ ਕਹਿੰਦਾ ਮੈਂ ਦੇਖ ਆਇਆ ਸਾਰੇ ਘਰਾਂ ਦੇ ਵਿੱਚ ਦੀਵੇ ਜਗਦੇ ਪਏ ਨਹੀਂ ਪਤੰਗੇ ਕਹਿਣ ਲੱਗੇ ਕਹਿਣ ਲੱਗੇ ਤੂੰ ਅਸਲੀ ਪਤੰਗਾ ਨਹੀਂ ਐ ਤੂੰ ਨਕਲੀ ਐ ਅਸਲੀ ਹੁੰਦਾ ਤੇ ਉੱਥੇ ਸੜ ਕੇ ਮਰ ਜਾਂਦਾ ਤੇਰਾ ਪ੍ਰੇਮ ਹੁੰਦਾ ਪ੍ਰੀਤੀ ਹੁੰਦੀ ਤੇ ਉਸੇ ਲਾਈਟ ਦੇ ਉੱਪਰ ਸੜ ਜਾਂਦਾ ਮੱਚ ਜਾਂਦਾ ਖਤਮ ਹੋ ਜਾਂਦਾ ਤੂੰ ਤੂੰ ਅਸਲੀ ਨਹੀਂ ਐ ਅੱਜ ਸਿੱਖ ਬਹੁਤ ਕਹੋਂਦੇ ਆਪਣੇ ਆਪ ਨੂੰ ਵੀ ਅਸੀਂ ਸਿੱਖ ਹਾਂ ਪਰ ਜਿੱਥੇ ਗੁਰਬਾਣੀ ਦੀ ਕਥਾ ਹੋ ਰਹੀ ਹੋਵੇ ਕੀਰਤਨ ਹੋ ਰਿਹਾ ਹੋਵੇ ਸਿੱਖ ਦੇ ਕੰਨੀ ਵੀ ਪੈ ਰਹੀ ਹੋਵੇ ਆਵਾਜ਼ ਪਰ ਫਿਰ ਵੀ ਗੁਰਦੁਆਰੇ ਨਾ ਆਈਏ ਫਿਰ ਅਸੀਂ ਸਿੱਖ ਨਹੀਂ ਆ ਨਕਲੀ ਸਿੱਖਾਂ ਗੱਲ ਕੜਵੀ ਹੈ ਪਰ ਹੈ ਸੱਚੀ ਪਿਆਰੀ ਹੋ ਹੁਣ ਗੁਰੂ ਅਮਰਦਾਸ ਮਹਾਰਾਜ ਇਹ ਕਹਿੰਦੇ ਏ ਮਨ ਮੇਰਿਆ ਸਾਡੇ ਮਨ ਨੂੰ ਸੰਬੋਧਨ ਕਰ ਰਹੇ ਨੇ ਜਗਾ ਰਹੇ ਨੇ ਸਮਝਾ ਰਹੇ ਨੇ ਉਹ ਮੇਰਿਆ ਮਨਾ ਤੂੰ ਉਹ ਪਰਮਾਤਮਾ ਪਿਆਰੇ ਦੇ ਚਰਣਾ ਵਿੱਚ ਜੁੜ ਸੁਰਤੀ ਕਰਕੇ ਜੁੜ ਕੇ ਬੈਠੀਏ ਇਥੇ ਮਨ ਕਰਕੇ ਜੁੜੀਏ ਤਨ ਕਰਕੇ ਤਾਂ ਰੋਜ਼ ਜੁੜਦੇ ਆ ਪਰ ਐਸੀ ਕਿਰਪਾ ਕਰ ਦਿਓ ਮਹਾਰਾਜ ਅਸੀਂ ਮਨ ਕਰਕੇ ਵੀ ਤੁਹਾਡੇ ਚਰਣਾ ਵਿੱਚ ਜੁੜ ਜਾਈਏ ਜੇ ਮਹਾਰਾਜ ਕਹਿੰਦੇ ਤੂੰ ਗੁਰੂ ਦੇ ਨਾਮ ਨਾਲ ਗੁਰੂ ਦੀ ਸਾਧ ਸੰਗਤ ਵਿੱਚ ਜੁੜ ਜਾਵੇਂਗਾ ਨਾ ਮਹਾਰਾਜ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਜਦੋਂ ਹਰੀ ਦੇ ਨਾਮ ਨਾਲ ਜੁੜੇਗਾ ਮਹਾਰਾਜ ਕਹਿੰਦੇ ਨਾਮ ਦੇ ਨਾਲ ਜੁੜ ਕੇ ਤੇਰੇ ਤੇ ਇਹੋ ਜੀ ਕਿਰਪਾ ਹੋ ਜਾਣੀ ਹੈ ਤੇਰੇ ਜਿੰਨੇ ਵੀ ਦੁੱਖ ਨੇ ਦਲੇਦਰ ਨੇ ਸਾਰੇ ਉਸ ਪ੍ਰਮਾਤਮਾ ਨੇ ਖਤਮ ਕਰ ਦੇਨੇ ਨੇ ਕਿਸੇ ਕਿਸਮ ਦਾ ਤੈਨੂੰ ਦੁੱਖ ਨਹੀਂ ਵਿਆਪ ਸਕਦਾ ਫਿਰ ਨਾਮ ਜਪਣ ਵਾਲਿਆਂ ਦੇ ਬੰਦਗੀ ਕਰਨ ਵਾਲਿਆਂ ਦੇ ਤੇ ਇਹੋ ਜੇ ਜੀਵਨ ਕਰੈਕਟਰ ਬਣ ਗਏ ਪਿਆਰਿਓ ਉਹਨਾਂ ਦੇ ਸਰੀਰ ਦਾ ਬੰਦ-ਬੰਦ ਵੀ ਕੱਟਿਆ ਗਿਆ ਫਿਰ ਵੀ ਹਾਏ ਨਹੀਂ ਨਿਕਲੀ ਮੂੰਹ ਤੋਂ ਕੋਈ ਜੁੜ ਜਾਵੇ ਨਾ ਉਹ ਨਾਲ ਕੋਈ ਬਾਣੀ ਨਾਲ ਜੁੜ ਜਾਵੇ ਉਹਨਾਂ ਦੇ ਸਰੀਰ ਦੇ ਦੋ ਫਾੜ ਵੀ ਕੀਤੇ ਗਏ ਪਰ ਫਿਰ ਵੀ ਆਵਾਜ਼ ਆ ਰਹੀ ਹੈ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਇਹ ਹੈ ਫਲ ਗੁਰੂ ਦੇ ਨਾਮ ਨਾਲ ਜੁੜਨ ਦਾ ਪਰ ਬੰਦਾ ਜੁੜਿਆ ਕੂੜ ਦੇ ਨਾਲ ਬੰਦਾ ਜੁੜਿਆ ਨਾਸ਼ਵੰਤ ਚੀਜ਼ਾਂ ਦੇ ਨਾਲ ਜਿਹੜੀਆਂ ਚੀਜ਼ਾਂ ਖਤਮ ਹੋਣ ਵਾਲੀਆਂ ਨੇ ਜਿਹੜੀਆਂ ਚੀਜ਼ਾਂ ਬਹੁਤ ਲੰਮਾ ਸਮਾਂ ਨਹੀਂ ਚਲਦੀਆਂ ਉਹਨਾਂ ਚੀਜ਼ਾਂ ਨਾਲ ਬੰਦਾ ਜੁੜ ਗਿਆ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਸਦਾ ਹੀ ਰਹਿਣ ਵਾਲੀ ਹੈ ਬੰਦਿਆ ਉਸ ਪਰਮਾਤਮਾ ਦੇ ਨਾਮ ਨਾਲ ਜੁੜ। ਮਹਾਰਾਜ ਜੀ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਵੇਖੋ ਜੀ ਦੁੱਖ ਹੈ ਜਿਹੜੇ ਬੰਦੇ ਨੂੰ ਪਤਾ ਕਦੋਂ ਆਉਂਦੇ ਆ। ਜਦੋਂ ਬੰਦਾ ਆਪਣੀ ਲੋੜ ਤੋਂ ਵੱਧ ਇੱਛਾ ਰੱਖਦਾ ਕਿਸੇ ਚੀਜ਼ ਦੀ। ਬੰਦੇ ਦੀ ਮੇਨ ਪਤਾ ਲੋੜ ਕਿਹੜੀ ਹੈ? ਭੋਜਨ ਨਾਮ ਲੀੜਾ ਕੱਪੜਾ ਤੇ ਸੱਚੇ ਪਾਤਸ਼ਾਹ ਕਹਿੰਦੇ ਘਰ ਇਹ ਤਿੰਨ ਚੀਜ਼ਾਂ ਮੇਨ ਲੋੜ ਆ ਬੰਦੇ ਦੀਆਂ ਭੋਜਨ ਘਰ ਤੇ ਲੀੜਾ ਕੱਪੜਾ ਹੁਣ ਜਿਹੜੀ ਚੀਜ਼ ਅਸੀਂ ਦਾਇਰੇ ਦੇ ਵਿੱਚ ਰਵਾਂਗੇ ਲੋੜ ਦੇ ਵਿੱਚ ਅਸੀਂ ਰੱਖਾਂਗੇ ਵੀ ਭੋਜਨ ਪ੍ਰਸ਼ਾਦਾ ਜੀ ਬੰਦੇ ਦੀ ਲੋੜ ਐ ਪਰ ਜੇ ਕਹੀਏ ਵੀ ਘਰ ਰਹਿਣ ਵਾਸਤੇ ਠੀਕ ਐ ਚਲੋ ਛੱਤ ਹੈਗੀ ਸਾਡੇ ਕੋਲ ਰਹੀ ਜਾਂਦੀਆਂ ਜੇ ਬੰਦਾ ਇੱਛਾ ਰੱਖੇ ਵੀ ਮੇਰੇ ਕੋਲ ਫਲਾਣੇ ਫਲਾਣੇ ਬੰਦੇ ਦੀ ਬਹੁਤ ਵੱਡੀ ਕੋਠੀ ਹੈ ਮੇਰੇ ਕੋਲ ਵੀ ਓਦਾਂ ਦੀ ਹੋਵੇ ਫਲਾਣੇ ਬੰਦੇ ਦੇ ਕੋਲ ਗੱਡੀ ਹੈ ਗੱਡੀ ਤਾਂ ਹੈ ਮੇਰੇ ਕੋਲ ਪਰ ਵਧੀਆ ਨਹੀਂ ਗੱਡੀ ਵਧੀਆ ਕੁਆਲਿਟੀ ਦੀ ਹੋਵੇ ਮੇਰੇ ਕੋਲ ਆਪਣੀ ਲੋੜ ਤੋਂ ਵੱਧ ਇੱਛਾ ਰੱਖਣੀ ਬੰਦਾ ਫਿਰ ਦੁਖੀ ਹੁੰਦਾ ਜੀ ਤੇ ਜਦੋਂ ਲੋੜ ਤੋਂ ਵੱਧ ਇੱਛਾ ਰੱਖਦਾ ਬੰਦਾ ਲੋਭੀ ਹੋ ਜਾਂਦਾ ਤੇ ਲੋਭ ਦੇ ਵਿੱਚੋਂ ਬੰਦੇ ਦੇ ਪਾਪ ਪੈਦਾ ਹੁੰਦਾ ਫਿਰ ਕਿ ਬੰਦਾ ਧਨ ਕਮਾਉਣ ਵਾਸਤੇ ਪਾਪ ਵੀ ਕਰਦਾ ਜੀ ਠੱਗੀਆਂ ਵੀ ਮਾਰਦਾ ਲੁੱਟਾ ਖੋਹਾਂ ਵੀ ਕਰਦਾ ਬੇਈਮਾਨੀਆਂ ਵੀ ਕਰਦਾ ਵੀ ਮੇਰੇ ਕੋਲ ਸਭ ਕੁਝ ਆ ਜਾਵੇ ਇਸੇ ਕਰਕੇ ਤਾਂ ਮਹਾਰਾਜ ਨੇ ਕਹਿ ਦਿੱਤਾ ਨਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਈ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜਿਆ ਜਾਏ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੰਦਿਆ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਤੇਰੇ ਤੇ ਇਹੋ ਜੀ ਕਿਰਪਾ ਹੋ ਜੇਵੇਗੀ ਫਾਲਤੂ ਚੀਜ਼ਾਂ ਦੀ ਇੱਛਾ ਤੇਰੇ ਅੰਦਰੋਂ ਖਤਮ ਹੋ ਜਾਏਗੀ ਜਿਹੜੀਆਂ ਚੀਜ਼ਾਂ ਤੈਨੂੰ ਦੁਖੀ ਕਰਦੀਆਂ ਹੁਣ ਲੋੜ ਦੀਆਂ ਚੀਜ਼ਾਂ ਦਾ ਧੰਨੇ ਭਗਤ ਨੇ ਵੀ ਮੰਗੀਆਂ ਸੀ ਰੱਬ ਦੇ ਕੋਲੋਂ ਪੜਦੇ ਆ ਨਾ ਬਾਣੀ ਦੇ ਵਿੱਚ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਫਿਰ ਪਤਾ ਕੀ ਮੰਗਿਆ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਤ ਜੀਓ ਇਕ ਤਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਅਨਾਜ ਦੇ ਦਿਓ ਦਾਲਾਂ ਦੇ ਦਿਓ ਕਿਉਂਕਿ ਇਹ ਲੋੜ ਆ ਬੰਦੇ ਦੀ ਦਾਲ ਸਿੱਧਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੈ ਨਾ ਤ ਜਿਓ ਪਣੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਸੱਚੇ ਪਾਤਸ਼ਾਹ ਜੀ ਉਹ ਪੈਰਾਂ ਦੇ ਵਿੱਚ ਪਾਉਣ ਵਾਸਤੇ ਜੁੱਤੀ ਦੇ ਦਿਓ ਕਹਿੰਦੇ ਵਾਹਿਗੁਰੂ ਪਣੀਆਂ ਸ਼ਾਦਨ ਨੀਕਾ ਅਨਾਜ ਅਨਾਜ ਮੰਗਿਆ ਵੀ ਕਿਉਂਕਿ ਅਨਾਜ ਤੋਂ ਬਿਨਾ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਪਣੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਅੱਗੇ ਕਹਿੰਦੇ ਗਊ ਭੈਸ ਮੰਗੋ ਲਾਵੇਰੀ ਦੁੱਧ ਵਾਸਤੇ ਇੱਕ ਗਾਂ ਮੰਗ ਲਈ ਇੱਕ ਮੱਝ ਮੰਗ ਲਈ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੇਰੀ ਆਉਣ ਜਾਣ ਵਾਸਤੇ ਘੋੜੀ ਮੰਗ ਲਈ ਠੀਕ ਐ ਸਮੇਂ ਦੇ ਮੁਤਾਬਕ ਅੱਜ ਗੱਡੀਆਂ ਕਾਰਾਂ ਆ ਗਈਆਂ ਪਰ ਉਸ ਸਮੇਂ ਕਹਿੰਦੇ ਧੰਨੇ ਭਗਤ ਨੇ ਇੱਕ ਘੋੜੀ ਮੰਗੀ ਪ੍ਰਮਾਤਮਾ ਦੇ ਕੋਲੋਂ ਵੀ ਆਉਣ ਜਾਣ ਵਾਸਤੇ ਮੈਨੂੰ ਘੋੜੀ ਵੀ ਦੇ ਦਿਓ ਜੀ ਲੋੜ ਮੁਤਾਬਕ ਗਉ ਭੈਸ ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੇਰੀ ਅੱਗੇ ਕਹਿੰਦੇ ਘਰ ਕੀ ਗੀਹਣ ਚੰਗੀ ਇੱਕ ਚੰਗੀ ਘਰ ਵਾਲੀ ਮੰਗੀ ਜਣ ਧੰਨਾ ਲੇਵੈ ਮੰਗੀ ਆ ਲੋੜ ਦੀਆਂ ਚੀਜ਼ਾਂ ਮੰਗ ਲਵਾਂਗੇ ਅਸੀਂ ਦੁਖੀ ਨਹੀਂ ਹੋਵਾਂਗੇ ਪਰ ਜਦੋਂ ਲੋੜ ਤੋਂ ਵੱਧ ਅਸੀਂ ਇੱਛਾ ਰੱਖਦੇ ਆ ਫਿਰ ਬੰਦੇ ਦੇ ਬੰਦਾ ਦੁਖੀ ਹੁੰਦਾ ਮਹਾਰਾਜ ਕਹਿੰਦੇ ਤੋਂ ਪਾਤਸ਼ਾਹ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੱਗੇ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਮਨ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਸੇਵਾ ਕਰੇਗਾ ਤੇਰੀ ਉਹ ਵੀ ਅੰਗੀਕਾਰ ਹੈ ਭਾਵ ਪ੍ਰਮਾਨ ਹੈ ਤੂੰ ਮਨ ਕਰਕੇ ਗੁਰੂ ਨੂੰ ਫੁੱਟੀ ਕੌਡੀ ਵੀ ਭੇਟਾ ਕਰਦੇ ਉਹ ਵੀ ਪ੍ਰਮਾਨ ਹੈ ਸੱਚੇ ਪਾਤਸ਼ਾਹ ਕਹਿੰਦੇ ਹਾਂ ਜੇ ਤੂੰ ਮਨ ਦੇ ਵਿੱਚ ਤੇਰੇ ਭਾਵਨਾ ਨਹੀਂ ਹੈ ਫਿਰ ਚਾਹੇ ਤੂੰ ਮਹਾਰਾਜ ਨੂੰ ਮਖਮਲੀ ਸੇਜਾਂ ਭੇਟਾ ਕਰਦੇ ਉਹ ਵੀ ਪ੍ਰਵਾਨ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਗਿਆ ਸੀ ਨਾ ਇੱਕ ਰਾਜਾ ਕਹਿੰਦੇ ਜਦੋਂ ਸਰੋਵਰ ਦੀ ਸੇਵਾ ਹੋ ਰਹੀ ਸੀ ਮਹਾਰਾਜ ਸਾਰੇ ਸਰੋਵਰ ਦੇ ਵਿੱਚ ਪੱਥਰ ਲਵਾ ਦਿਓ ਜਿੰਨੀ ਮਾਇਆ ਚਾਹੀਦੀ ਹੈ ਲੈ ਲਓ ਮੇਰੇ ਤੋਂ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜੰਗੀਰ ਨੂੰ ਅਸੀਂ ਲੱਤ ਮਾਰਦੇ ਆ ਆ ਤੇਰੀ ਮਾਇਆ ਦੀ ਸਾਨੂੰ ਲੋੜ ਨਹੀਂ ਅੱਜ ਜੇ ਤੇਰੇ ਤੋਂ ਮਾਇਆ ਲੈ ਕੇ ਅਸੀਂ ਪੱਥਰ ਲਵਾ ਦਿੱਤਾ ਹਰਮੰਦਰ ਦੇ ਸਰੋਵਰ ਦੇ ਆਲੇ-ਦੁਆਲੇ ਕੱਲ ਨੂੰ ਤੇਰਾ ਧੀ ਪੁੱਤ ਆ ਕੇ ਕਹੇਗਾ ਸਾਡੇ ਬਾਪ ਦੀ ਜਾਇਦਾਦ ਐ ਇਹ ਸਾਡੇ ਬਾਪ ਦੀ ਜ਼ਗੀਰ ਐ ਅਸੀਂ ਨਹੀਂ ਤੇਰਾ ਧਨ ਲੈਣਾ ਅਸੀਂ ਨਹੀਂ ਤੇਰੀ ਮਾਇਆ ਲੈਣੀ ਮਾਰ ਨੇ ਠੋਕਰ ਮਾਰ ਦਿੱਤੀ ਸਚੀ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਸੰਗਤ ਪ੍ਰੇਮ ਦੇ ਵਿੱਚ ਮਾਇਆ ਸਾਨੂੰ ਦੇਈ ਜਾਵੇਗੀ ਓਵੇਂ ਓਵੇਂ ਗੁਰੂ ਘਰ ਦੀ ਸੇਵਾ ਚੱਲੀ ਜਾਵੇਗੀ ਪ੍ਰੇਮ ਕਰਕੇ ਭਾਵਨਾ ਕਰਕੇ ਗੁਰੂ ਸਾਹਿਬ ਕਹਿੰਦੇ ਖੁੱਟੀ ਕੌਡੀ ਵੀ ਗੁਰੂ ਦੇ ਦਰ ਤੇ ਪਰਵਾਨ ਐ ਸੱਚੇ ਪਾਤਸ਼ਾਹ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਫਿਰ ਨਾਮ ਜਪਿਆ ਵੀ ਅੰਗੀਕਾਰ ਹੋਵੇਗਾ ਪ੍ਰਵਾਨ ਹੋਵੇਗਾ ਜਦੋਂ ਮਨ ਕਰਕੇ ਜਪਾਂਗੇ ਉਦਾਂ ਤੇ ਜੀਵ ਤੋਂ ਭਾਵੇਂ ਰਾਮ ਰਾਮ ਸਾਰੀ ਜ਼ਿੰਦਗੀ ਕਹੀ ਜਾਈਏ ਮਹਾਰਾਜ ਕਹਿੰਦੇ ਰਾਮ ਰਾਮ ਸਭ ਜਗ ਕਹੈ ਰਾਮ ਨਾ ਪਾਇਆ ਜਾਏ ਆ ਸਾਰੀ ਦੁਨੀਆ ਕਰ ਰਹੀ ਹੈ ਵੈਗੁਰੂ ਵੈਗੁਰੂ ਪਰ ਜਦੋਂ ਮਨ ਕਰਕੇ ਜਪਾਂਗੇ ਮਹਾਰਾਜ ਕਹਿੰਦੇ ਫਿਰ ਪ੍ਰਵਾਨ ਹੈ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਫਿਰ ਤੇਰੇ ਪਰਮਾਤਮਾ ਸਾਰੇ ਕੰਮ ਕਰੇਗਾ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ ਅੱਗੇ ਕਹਿੰਦੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮੰਨੋ ਵਿਸਾਰੇ ਸਮਰੱਥ ਪਤਾ ਕਿਹਨੂੰ ਕਹਿੰਦੇ ਜਿਹੜਾ ਸਭ ਕੁਝ ਕਰਨ ਦੀ ਸਮਰੱਥਾ ਤਾਕਤ ਰੱਖਦਾ ਹੋਵੇ ਸਮਰੱਥ ਉਹਨੂੰ ਕਹਿੰਦੇ ਆ ਪਰ ਸਾਧ ਸੰਗਤ ਜੀ ਵੇਖੋ ਬੰਦੇ ਦੇ ਵਿੱਚ ਗੁਣ ਹੈ ਦੇਖੋ ਇੱਕ ਪੇਂਟਰ ਹੈ ਜਿਹੜਾ ਪੇਂਟਿੰਗ ਕਰਦਾ ਉਹਦੇ ਵਿੱਚ ਸਿਰਫ ਪੇਂਟਿੰਗ ਦਾ ਹੀ ਗੁਣ ਹੋ ਸਕਦਾ ਏ ਜੇ ਉਹਨੂੰ ਕਹੀਏ ਵੀ ਤੂੰ ਕਲਾਕਾਰੀ ਕਰਕੇ ਦਿਖਾ ਕੋਈ ਕੁਝ ਚੀਜ਼ ਕੋਈ ਚੀਜ਼ ਗਾ ਕੇ ਸੁਣਾ ਸਾਨੂੰ ਪੇਂਟਰ ਕਹੇਗਾ ਮੇਰੇ ਤੋਂ ਤਾਂ ਕੋਈ ਚਿੱਤਰ ਬਣਵਾਉਣਾ ਤੇ ਬਣਾ ਲਓ ਮੈਂ ਗਾ ਗੂ ਨਹੀਂ ਸਕਦਾ ਠੀਕ ਹੈ ਗਾ ਤੇ ਲਵਾਂਗਾ ਪਰ ਉਹ ਰਸ ਨਹੀਂ ਹੋਣਾ ਗਾਇਕੀ ਵਾਲਾ ਹੁਣ ਕਲਾਕਾਰ ਨੂੰ ਕਵਾਂਗੇ ਵੀ ਤੂੰ ਪੇਂਟਿੰਗ ਬਣਾ ਕੇ ਦਿਖਾ ਉਹ ਕਹੇਗਾ ਮੇਰੇ ਤੋਂ ਜਿੰਨਾ ਗਵਾਉਣਾ ਗਵਾ ਲਓ ਪਰ ਮੇਰੇ ਤੋਂ ਚਿੱਤਰ ਨਹੀਂ ਬਣਨਾ ਬੰਦੇ ਦੇ ਵਿੱਚ ਇੱਕ ਗੁਣ ਹੋ ਸਕਦਾ ਦੋ ਹੋ ਸਕਦੇ ਤਿੰਨ ਚਾਰ ਪੰਜ ਹੋ ਸਕਦੇ ਹੈ ਗੁਣ ਪਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪ੍ਰਮਾਤਮਾ ਸਭਨਾ ਗੱਲਾਂ ਸਮਰੱਥ ਸੁਆਮੀ ਉਹ ਉਹਦੇ ਵਿੱਚ ਅੰਦਰ ਸਾਰੇ ਗੁਣ ਆ ਪ੍ਰਮਾਤਮਾ ਵਿੱਚ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮੰਨੋ ਵਿਚਾਰੇ ਜਿਹੜੇ ਪ੍ਰਮਾਤਮਾ ਵਿੱਚ ਸਾਰੇ ਗੁਣ ਨੇ ਉਹ ਪ੍ਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਬੰਦਿਆ ਤੂੰ ਉਹ ਪ੍ਰਮਾਤਮਾ ਨੂੰ ਵੈਗਰੂ ਨੂੰ ਕਿਉ ਭਲਾਈ ਬੈਠਾ ਹੈ ਕਿਉਂ ਵੇ ਸਾਰੇ ਬੈਠਾ ਏ ਅੱਜ ਦੇਖਿਆ ਜਾਵੇ ਬੰਦੇ ਨੂੰ ਖਾਣਾ ਨਹੀਂ ਭੁੱਲਦਾ ਪੀਣਾ ਨਹੀਂ ਭੁੱਲਦਾ ਸੌਣਾ ਨਹੀਂ ਭੁੱਲਦਾ ਹੱਸਣਾ ਖੇਡਣਾ ਨਹੀਂ ਭੁੱਲਦਾ ਬੰਦਾ ਪਰ ਦੁੱਖ ਨਾਲ ਕਹਿਣਾ ਪੈਂਦਾ ਨਾਮ ਨੂੰ ਭੁੱਲ ਜਾਂਦਾ ਬੰਦਾ ਬਾਣੀ ਨੂੰ ਭੁੱਲ ਜਾਂਦਾ ਬੰਦਾ ਐਵੇਂ ਤੇ ਨਹੀਂ ਨਾ ਗੁਰੂ ਸੇਵ ਨੇ 1254 ਅੰਗ ਤੇ ਮਲਾਰ ਰਾਗ ਦੇ ਆਰੰਭਤਾ ਵਿੱਚ ਪਹਿਲਾ ਸ਼ਬਦ ਹੈ ਜੀ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਆ ਖਸਮ ਨੂੰ ਭੁਲਾ ਦਿੱਤਾ ਹੋਰ ਸਾਰਾ ਕੁਝ ਚੇਤੇ ਆ ਬੰਦੇ ਨੂੰ ਇਸ ਕਰਕੇ ਮਹਾਰਾਜ ਕਹਿੰਦੇ ਸਵਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਉਹ ਮੇਰੇਆ ਮਨਾ ਪਰਮਾਤਮਾ ਦੇ ਨਾਮ ਨੂੰ ਜਪ ਤੈਨੂੰ ਭੇਜਿਆ ਮਾਲਕ ਨੇ ਬੰਦਗੀ ਕਰਨ ਵਾਸਤੇ ਆ ਪ੍ਰਾਨੀ ਤੂੰ ਆਇਆ ਲਾਹਾ ਲੈਣ ਰੱਬ ਦੇ ਨਾਮ ਦਾ ਲਾਹਾ ਲੈਣ ਵਾਸਤੇ ਆਇਆ ਇਸ ਕਰਕੇ ਉਹ ਪਰਮਾਤਮਾ ਦੇ ਨਾਮ ਦੇ ਨਾਲ ਕੁੰਜੜ ਪਰਮਾਤਮਾ ਦੀ ਸਾਧ ਸੰਗਤ ਵਿੱਚ ਗੁਰਦੁਆਰੇ ਆਇਆ ਕਰ ਸਤ ਸੰਗਤ ਦੇ ਵਿੱਚ ਜੁੜ ਕੇ ਬੈਠਿਆ ਕਰ ਤゥム ਮਖਤੂਲ ਸੁਪੇਦ ਸਪੀਲ ਹਮ ਬਪਰੇ ਜਸਕੀਰਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ ਐਦਾਂ ਜੁੜ ਜਾ ਮਹਾਰਾਜ ਕਹਿੰਦੇ ਜਿਵੇਂ ਸ਼ਹਿਦ ਦੀ ਮੱਖੀ ਜੁੜਦੀ ਹੈ ਆਪਣੇ ਛੱਤੇ ਦੇ ਨਾਲ ਕਿੰਨਾ ਸ਼ਹਿਦ ਇਕੱਠਾ ਰਸ ਬਣਾ ਲੈਂਦੀ ਹੈ ਤੇ ਤੂੰ ਗੁਰੂ ਦੀ ਸੰਗਤ ਦੇ ਨਾਲ ਜੜ ਜੁੜ ਜਾਵੇਂਗਾ ਤੇਰੇ ਜੀਵਨ ਦੇ ਵਿੱਚ ਵੀ ਜਿਹੜਾ ਤੂੰ ਆਪਾਂ ਪੜਦੇ ਆ ਨਾ ਆਨੰਦ ਉਹ ਆਨੰਦ ਫਿਰ ਬਣ ਜਾਵੇਗਾ ਜਦੋਂ ਗੁਰੂ ਦੀ ਸੰਗਤ ਨਾਲ ਅਸੀਂ ਜੁੜ ਜਾਵਾਂਗੇ ਮਨ ਕਰਕੇ